ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ ਮੈਂ ਹਰਜਿੰਦਰ ਸਿੰਘ ਰੰਧਾਵਾ ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ ਸਰਦਾਰ ਸਾਹਿਬ ਵਿਧਾਨ ਸਭਾ 'ਚ ਕੈਪਟਨ ਅਮਰਿੰਦਰ ਸਿੰਘ ਜੇਬ ਵਿੱਚ ਹੱਥ ਮਾਰਦੇ ਆ ਕਹਿੰਦੇ ਅਸਤੀਫਾ ਆ ਪਿਆ ਅੱਛਾ ਉੱਧਰ ਪ੍ਰਧਾਨ ਮੰਤਰੀ ਦਾ ਟਵੀਟ ਆ ਜਾਂਦਾ ਜੀ ਕਿ ਸ਼ਾਮੀ 6 ਵਜੇ ਮਿਲਦੇ ਆ ਰਾਸ਼ਟਰ ਦੇ ਨਾਂ ਮਤਲਬ ਰੱਬ ਖੈਰ ਕਰੇ 2016 'ਚ ਵੀ ਪ੍ਰਧਾਨ ਮੰਤਰੀ ਇੱਕ ਵਾਰੀ ਲਾਈਵ ਹੋਏ ਸੀਗੇ ਰਾਤ ਦੇ ਟਾਈਮ 'ਤੇ 8 ਨਵੰਬਰ ਨੂੰ 8 ਨਵੰਬਰ ਨੂੰ ਫਿਰ ਉਦੋਂ ਨੋਟ ਕੋਈ ਨਹੀਂ ਸੀ ਬਚਿਆ ਜੀ ਜਿਹੜੇ ਕਿਤੇ ਜਨਾਨੀਆਂ ਨੇ ਲੁਕੋਏ ਸੀ ਨਾ ਆਪਣੇ ਘਰ ਵਾਲਿਆਂ ਤੋਂ ਨੋਟ ਉਹ ਵੀ ਬਾਹਰ ਆ ਗਏ ਸੀ ਤੇ ਇਸੇ ਤਰ੍ਹਾਂ ਇੱਕ ਵਾਰੀ ਪੰਜਾਬ ਦਹਿਲ ਗਿਆ ਸੀ ਜਦੋਂ 84 'ਚ ਇੰਦਰਾ ਗਾਂਧੀ ਲਾਈਵ ਹੋਈ ਬਿਲਕੁਲ ਜਦੋਂ ਇੰਦਰਾ ਗਾਂਧੀ ਰਾਸ਼ਟਰ ਦੇ ਨਾਂ 'ਤੇ ਸੰਬੋਧਨ ਹੋਈ ਸੀ ਅਤੇ ਉਸ ਤੋਂ ਪਹਿਲਾਂ ਇੱਕ ਵਾਰੀ ਐਮਰਜੈਂਸੀ ਵੇਲੇ ਵੀ ਇੰਦਰਾ ਗਾਂਧੀ ਨੇ ਸੰਬੋਧਨ ਬਿਲਕੁਲ ਘੱਟੋ ਘੱਟ ਮਤਲਬ ਇਹ ਕਹਿਣਾ ਚਾਹੀਦਾ ਕਿ ਸਾਡੇ ਇਸ ਮੁਲਕ ਦੇ ਵਿੱਚ ਜਦੋਂ ਕਿਤੇ ਪ੍ਰਧਾਨ ਮੰਤਰੀ ਰਾਸ਼ਟਰ ਦੇ ਨਾਂ 'ਤੇ ਸੰਬੋਧਨ ਹੋਵੇ ਤਾਂ ਖੈਰ ਮੰਗਣੀ ਚਾਹੀਦੀ ਆ ਵਿਧਾਨ ਸਭਾ ਦੇ ਵਿੱਚ ਜੋਰ ਅਜਮਾਈ ਪੂਰੀ ਸੀ ਹਰ ਧਿਰ ਆਪਣੇ ਆਪ ਨੂੰ ਜ਼ਿਆਦਾ ਤੋਂ ਜ਼ਿਆਦਾ ਪੰਜਾਬ ਦੇ ਲੋਕਾਂ ਨਾਲ ਖੜਾ ਦਿਖਾਉਣਾ ਚਾਹੁੰਦੀ ਹੈ ਲੇਕਿਨ ਕੇਂਦਰ ਦੇ ਵੱਲੋਂ ਹੋਇਆ ਇਹ ਇਸ਼ਾਰਾ ਟਵੀਟ ਰੂਪੀ ਸ਼ਾਮੀ 6 ਵਜੇ ਰਾਸ਼ਟਰ ਦੇ ਨਾਂ ਸੰਬੋਧਨ ਪਤਾ ਨਹੀਂ ਦੇਸ਼ ਦੇ ਲੋਕ ਸਮਝਦੇ ਇਹ ਕੋਰੋਨਾ ਦਾ ਹੋਊਗਾ ਕੁਝ ਵੀ ਸਮਝ ਸਕਦਾ ਲੇਕਿਨ ਪੰਜਾਬ ਨੇ ਮਾਰਾਂ ਇੰਨੀਆਂ ਖਾਧੀਆਂ ਸਾਡਾ ਤਾਂ ਦਿਲ ਬਹਿੰਦਾ ਜਾਂਦਾ ਕਿ ਕਿਤੇ ਇੰਜ ਤਾਂ ਨਹੀਂ ਕਿ ਇਹ ਸਰਕਾਰ ਵਾੜ ਦਿਓ ਭਾਂਡੇ 'ਚ ਅਤੇ ਗਵਰਨਰ ਰਾਜ ਡਰ ਆਉਂਦੇ ਨੇ ਸਰਦਾਰ ਜੀ ਡਰ ਇਹ ਵੀ ਟਕਰਾ ਦੇ ਆਉਂਦੇ ਨੇ ਗੱਲ ਇਹ ਨਹੀਂ ਕਿ ਗਵਰਨਰ ਦਾ ਰਾਜ ਹੋਜੂ ਸਿੱਧਾ ਕੇਂਦਰ ਰਾਜ ਚਲਾਊ ਗੱਲ ਇਹ ਨਹੀਂ ਪੰਜਾਬ ਨੇ ਬੜੀ ਵਾਰੀ ਦੇਖਿਆ ਔਰ ਸਭ ਤੋਂ ਵੱਧ ਰਿਕਾਰਡ ਵੀ ਪੰਜਾਬ ਦੇ ਨਾਂ ਨੇ ਬਿਲਕੁਲ ਗਵਰਨਰ ਰਾਜ ਦੇ ਬਿਲਕੁਲ ਲੇਕਿਨ ਸਰਦਾਰ ਸਾਹਿਬ ਡਰ ਇਸ ਗੱਲ ਦਾ ਆਉਂਦਾ ਕਿ ਇਹ ਵਧੇ ਹੋਏ ਟਕਰਾਅ ਕਿੱਥੇ ਪਹੁੰਚਣਗੇ ਗੱਲ ਤਾਂ ਫਿਰ ਉੱਥੇ ਹੀ ਆ ਕਿ ਜਿਹੜੇ ਪਹਿਲਾਂ ਟਕਰਾਅ ਸੀਗੇ ਅਸੀਂ ਜਦ ਵੀ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੀ ਸੰਤਾਪ ਦੀ ਗੱਲ ਕਰਦੇ ਹਾਂ ਅਸੀਂ ਐਮਰਜੈਂਸੀ ਤਾਂ ਸ਼ੁਰੂ ਕਰਦੇ ਹਾਂ ਬਿਲਕੁਲ ਐਮਰਜੈਂਸੀ ਤੋਂ ਬਾਅਦ ਪੰਜਾਬ ਕਦੇ ਮੁੜ ਆਪਣੇ ਪੈਰਾਂ 'ਤੇ ਨਹੀਂ ਹੋਇਆ ਨਾ ਜੀ ਨਾ ਆਰਥਿਕ ਪੱਖੋਂ ਵੀ ਮਰ ਗਿਆ ਬਿਲਕੁਲ ਅਤੇ ਹੋਰ ਕਿੰਨੀਆਂ ਕ੍ਰੀਤੀਆਂ ਚੱਲੀ ਪਈਆਂ ਉਸ ਵੇਲੇ ਵੀ ਇੰਦਰਾ ਗਾਂਧੀ ਦੇ ਖਿਲਾਫ ਹਾਲਾਂਕਿ ਉਹਦਾ ਮਾਮਲਾ ਤਾਂ ਇੰਨਾ ਹੀ ਸੀ ਕਿ ਉਹਦੀ ਚੋਣ ਨੂੰ ਲੈ ਕੇ ਚੁਣੌਤੀ ਦਿੱਤੀ ਗਈ ਸੀ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਅਤੇ ਉੱਧਰ ਜੇਪੀ ਅੰਦੋਲਨ ਨੇ ਜਿਹੜਾ ਉਹ ਉਹਦੇ ਪੈਰਾਂ ਥੱਲੇ ਅੱਗ ਰੱਖੀ ਹੋਈ ਸੀ ਲੇਕਿਨ ਇਕੱਲਾ ਪੰਜਾਬ ਸੀ ਜਿਹਨੇ ਫੈਸਲਾ ਲਿਆ ਔਰ ਖਾਸ ਕਰਕੇ ਅਕਾਲੀ ਦਲ ਜਿਹਨੂੰ ਕਹਿੰਦੇ ਅਸੀਂ ਉਸ ਵੇਲੇ ਅਕਾਲੀ ਦਲ ਸੀ ਬਿਲਕੁਲ ਇਹਨਾਂ ਨੇ ਫੈਸਲਾ ਲਿਆ ਕਿ ਅਸੀਂ ਇੰਦਰਾ ਦੇ ਖਿਲਾਫ ਜਾਣਾ ਐਮਰਜੈਂਸੀ ਦੇ ਖਿਲਾਫ ਜਾਣਾ ਬਿਲਕੁਲ ਔਰ ਉਹ ਉਸ ਫੈਸਲੇ ਨੇ ਅਜੇ ਤੱਕ ਤੁਹਾਡੇ ਸਾਹਮਣੇ ਆ 40-45 ਸਾਲ ਹੋ ਗਏ ਆ ਪੰਜਾਬ ਨੂੰ ਖੜੇ ਨਹੀਂ ਹੋਣ ਦਿੱਤਾ ਮੁੜ ਕੇ ਉਦੋਂ ਖੇਤਰੀ ਪਾਰਟੀ ਪੰਜਾਬ ਦੀ ਤਰਜਮਾਨ ਸੀ ਲੋਕਾਂ ਦੇ ਹਿੱਤਾਂ ਦੀ ਪੈਰਵਾਈ ਕਰਦੀ ਸੀ ਔਰ ਪੰਜਾਬ ਦਾ ਚਿਹਰਾ ਮੋਹਰਾ ਸੀ ਲੇਕਿਨ ਅੱਜ ਪੰਜਾਬ ਦੇ ਲੋਕਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਆਪਣਾ ਚਿਹਰਾ ਆਪ ਬਣੇ ਹੋਇਆ ਸਾਰੇ ਦੇਸ਼ ਦੇ ਵਿੱਚੋਂ ਨੰਬਰ 1 'ਤੇ ਕਿਸਾਨੀ ਹੱਕਾਂ ਲਈ ਅੰਦੋਲਨ ਪੰਜਾਬੀਆਂ ਦੇ ਹਿੱਸੇ ਆਇਆ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੌਲੀ ਹੌਲੀ ਪਿੱਛੇ ਆਉਣਾ ਪੈ ਗਿਆ ਮਤੇ ਸਾਡੀ ਜ਼ਮੀਨ ਸਿਆਸੀ ਜ਼ਮੀਨ ਖੁਰਜੇ ਅੱਜ ਹਾਲਾਤ ਵਿਧਾਨ ਸਭਾ 'ਚ ਪਹੁੰਚ ਗਏ ਇੱਕ ਬਿੱਲ ਇੱਕ ਨਹੀਂ ਦੋ ਬਿੱਲ ਪੇਸ਼ ਹੋਏ ਜੀ ਉਹਨਾਂ ਦੋਨਾਂ ਬਿੱਲਾਂ ਦੇ ਵਿੱਚ ਕਿਸਾਨੀ ਦੇ ਹਿੱਤ ਪ੍ਰੋਟੈਕਟ ਕਰਨ ਦੀ ਗੱਲ ਕਹੀ ਜਾਂਦੀ ਕੈਪਟਨ ਅਮਰਿੰਦਰ ਸਿੰਘ ਆਪਣੀ ਭਾਵਪੂਰਤ ਦਲੀਲ ਦਿੰਦੇ ਆ ਜਦੋਂ ਗੱਲ ਹੁੰਦੀ ਉਹ ਕਹਿੰਦੇ ਜੀ ਮੇਰੇ ਅਹੁਦੇ ਦੀ ਗੱਲ ਕਰਦੇ ਹੋ ਮੇਰੀ ਸਰਕਾਰ ਦੀ ਗੱਲ ਕਰਦੇ ਹੋ ਲੈ ਲਓ ਮੈਂ ਤਾਂ ਅਸਤੀਫਾ ਜੇਬ 'ਚ ਪਾਇਆ ਹਾਲਾਂਕਿ ਉਹਨਾਂ ਦੀ ਜੇਬ ਖਾਲੀ ਸੀਗੀ ਮੈਂ ਦੇਖਿਆ ਉਹਨਾਂ ਨੇ ਮਾੜਾ ਜਿਹਾ ਹੱਥ ਪਾ ਕੇ ਬਾਹਰ ਕੱਢ ਲਿਆ ਜੇ ਅਸਤੀਫਾ ਹੁੰਦਾ ਤਾਂ ਕੱਢ ਕੇ ਦਿਖਾਉਂਦੇ ਖੈਰ ਸਿਆਸਤਦਾਨ ਇਸ ਤਰ੍ਹਾਂ ਦਾ ਕਰਦੇ ਹੁੰਦੇ ਇਹ ਸਵਾਲ ਵੱਡਾ ਹੈ ਕਿ ਜਦੋਂ ਇਹ ਵਾਪਰ ਰਿਹਾ ਸੀ ਉਹ ਤੋਂ ਚੰਦ ਮਿੰਟਾਂ ਬਾਅਦ ਚਲੋ ਘੰਟੇ ਦੇ ਅੰਦਰ ਅੰਦਰ ਲਾ ਲਓ ਪ੍ਰਧਾਨ ਮੰਤਰੀ ਇੱਕ ਟਵੀਟ ਰਾਹੀਂ ਇਹ ਕਹਿੰਦੇ ਆ ਕਿ ਮੈਂ ਰਾਸ਼ਟਰ ਦੇ ਨਾਂ ਸੰਬੋਧਿਤ ਹੋਣਾ ਹੈ ਹੁਣ ਦੇਖਣਾ ਇਹ ਬਣਦਾ ਹੈ ਕਿ ਇਸ ਅੰਦੋਲਨ 'ਚ ਟਕਰਾਅ ਰੂਪ ਜਿਹੜਾ ਪੈਦਾ ਹੋਇਆ ਹਾਂ ਰੇਲਵੇ ਲਾਈਨਾਂ ਰੁਕੀਆਂ ਨੇ ਬਿਲਕੁਲ ਇੱਕ ਪਿਛਲੇ ਦਿਨਾਂ 'ਚ ਗੱਲ ਅੱਗੇ ਵਧਾਈ ਜਾ ਰਹੀ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਆਰਮੀ ਨੂੰ ਰਾਸ਼ਨ ਨਹੀਂ ਪਹੁੰਚ ਰਿਹਾ ਰੇਲਵੇ ਰੁਕਣ ਕਰਕੇ ਰੇਲਵੇ ਟਰੈਕਾਂ 'ਤੇ ਕਿਸਾਨ ਬੈਠੇ ਹੋਣ ਕਰਕੇ ਇਹਨੂੰ ਰਾਸ਼ਟਰੀ ਮੁੱਦਾ ਬਣਾਇਆ ਜਾ ਰਿਹਾ ਸੀ ਇੱਕ ਪੂਰੀ ਤਰ੍ਹਾਂ ਆਵਾਜਾਈ ਰੁਕੀ ਹੋਣ ਦੀ ਗੱਲ ਹੋ ਰਹੀ ਸੀ ਸੈਂਸਿਟਿਵ ਸਟੇਟਸ ਨੇ ਦੋਨੇ ਜੰਮੂ ਕਸ਼ਮੀਰ ਪਾਵਰਸ ਨੂੰ ਕਹਿ ਰਹੇ ਸੀ ਕੋਲਾ ਨਹੀਂ ਆ ਰਿਹਾ ਇਹ ਪੰਜਾਬ ਲਈ ਸੀ ਲੇਕਿਨ ਜਦੋਂ ਪੰਜਾਬ ਤੋਂ ਬਾਹਰੀ ਹਿੱਤ ਪ੍ਰਭਾਵਿਤ ਹੋਣ ਜਦੋਂ ਇੰਟਰਨੈਸ਼ਨਲ ਬਾਰਡਰਸ ਦੀ ਗੱਲ ਤੁਰਨੀ ਸ਼ੁਰੂ ਹੋ ਜੇ ਜਦੋਂ ਆਰਮੀ ਦੀ ਜਿਹੜੀ ਸਪਲਾਈ ਲਾਈਨ ਆ ਉਹਦੀ ਗੱਲ ਤੁਰਨੀ ਸ਼ੁਰੂ ਹੋ ਜੇ ਫਿਰ ਇਹਦੀ ਸੰਵੇਦਨਸ਼ੀਲਤਾ ਅੱਗੇ ਨਾਲੋਂ ਕਈ ਗੁਣਾ ਵੱਧ ਜਾਂਦੀ ਹੈ ਇਹ ਬਹਾਨੇ ਵੀ ਹੋ ਸਕਦੇ ਆ ਜਾਂ ਕੁਝ ਹੱਦ ਤੱਕ ਸੱਚ ਵੀ ਹੋ ਸਕਦਾ ਲੇਕਿਨ ਇਹ ਬਹਾਨਾ ਪੰਜਾਬ ਦੇ ਸਿਰ ਇੱਕ ਵਾਰੀ ਫਿਰ ਕੇਂਦਰ ਦਾ ਰਾਜ ਆਉਣ ਦੀ ਸੰਭਾਵਨਾ ਪੈਦਾ ਕਰਦਾ ਕੀ ਹੋਣ ਵਾਲਾ ਹੈ ਕਿਸੇ ਨੂੰ ਕੋਈ ਪਤਾ ਨਹੀਂ ਪ੍ਰਧਾਨ ਮੰਤਰੀ ਆਪਣੇ ਮਨ ਦੀ ਗੱਲ ਬਹੁਤੀ ਦੱਸਦੇ ਨਹੀਂ ਹੁੰਦੇ ਭਾਵੇਂ ਹਰ ਹਫ਼ਤੇ ਮਨ ਦੀ ਬਾਤ ਕਰ ਜਾਂਦੇ ਬਿਲਕੁਲ ਮੇਰੇ ਖਿਆਲ ਸ਼ਾਇਦ ਸਭ ਤੋਂ ਜ਼ਿਆਦਾ ਮਨ ਦੀ ਬਾਤ ਕਰਨ ਵਾਲੇ ਇਹ ਪਹਿਲੇ ਪ੍ਰਧਾਨ ਮੰਤਰੀ ਨੇ ਬਿਲਕੁਲ ਲੇਕਿਨ ਜਿੰਨੀ ਕੁ ਵਾਰੀ ਉਹਨਾਂ ਨੇ ਮਨ ਦੀ ਬਾਤ ਕੀਤੀ ਜੇ ਉਹਨਾਂ ਨੇ ਆਤਮ ਨਿਰਭਰਤਾ ਦੀ ਗੱਲ ਕੀਤੀ
उन्होंने कहा कि मैं देश नूं आत्म निर्भर करांगा ते वो आत्म निर्भरता इस तरह सी कि जो कोई तुहाडे कोल हैगा हुण वो ला लो साडे कोल आसरा करो कुदरती एवें ही सी मतलब ये लोग मजाक करते सी लेकिन इहदे नाल की आ कि इस जिहड़ा अज ट्वीट जिहड़ा आया उस तों बाद जिहड़ा भाषण आना जो कुछ साडी समझ आ उह ते इहो ही आ कि आहड़े सामने लोग बैठे ने ये सारे ही राष्ट्र विरोधी ने जो इहो चलता रहा 84 जो इंदिरा गांधी लाइव होंदी आ राष्ट्र दे नाते नहीं 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 देखो गल आ वो राष्ट्र नूं अपने नाल तुरदे आ राष्ट्र विरोधी नहीं कहिंदे जी वो तो एक खिते नूं एक एरिए नूं राष्ट्र की जिहड़ी सुरक्षा उहदे लई खतरा दस दिंदे दुरुस्त रखण लई पूरे देश दे हितां दी पैरवी करनी शांति इहनां दे कोल दो ऐसे लफ़ज़ ने जी जिहड़े हर शासक नूं हर हाकम नूं वारा खा जांदे ने पर देखो संवेदनशीलता इह आ कि नरेंद्र मोदी जिहड़े अपने आप नूं कहिंदे मैं लोकां दा लीडर हां जी मैं लोअर मध्य वर्ग चों आया लोअर मध्य वर्ग नहीं वह कहिंदे बिलो पॉवर्टी तों आया जी मैं चाह बेचदा आया उन्हां नूं शायद इस गल का सब तो वध ज्ञान होना चाहिए सी कि एक किले दो किले वाले किसान दे घर दा किवें तोरी फुलका चल रहा सब तो ज्यादा संवेदनशीलता उस बंदे नूं दिखाउणी चाहीदी सी जिहड़ा इत्थों जांदा थल्लेओ सो जेकर उन्हां दे अंदर इस तरह की कोई फीलिंग सी गरीबी वाली तो किसान नूं आमणे सामने मिल लेंदे प्रबंध कर लेंदे जो ये दिल्ली गए सी गैर रस्मी कर लेंदे ना रस्मी कर दे जो एफर्ट्स लाने चाहिए सी जो इनिशिएट करने चाहिए सी कदम वो ना किए गए जे अज के दिन च कुछ इस तरह वापरदा जिहदी कि संभावना हो सकती है जिहदियां क्यास लाए जा सकते हैं जेकर पंजाब नूं एक बार फिर राष्ट्रपति राज गवर्नरी राज वल तोरिया जाए धारा 356 का जिक्र करते होने तो फिर उस वेले यह जरूर इल्जाम आऊगा प्रधानमंत्री मोदी के उत्ते हरफ आऊगा कि आखिर तुसीं उन्हां लोकां नाल गल कीते बिना एक लाइन का फैसला किवें दे सकदे बिल्कुल विधानसभा जुड़ी विधानसभा उदों जुड़ी है जदों तुसीं अपने वल्लों दरवाजे बंद कीते पए तुसीं अपना पक्ष रखी जा रहे हो कितें भी यह संकेत नहीं आया कि किसानां नाल नैगोसीएशन दे विच जा के कुछ एक बदलिया जाऊगा नहीं वापस लैने एक्ट नूं तुसीं वापस नहीं करना चाहुंदे वह अलग इशू आ लेकिन पंजाब ते हरियाणा खास तौर पर दो ही खा स्टेट्स ने जिथों ज़्यादा विरोध आ रहा इन्हां मामलों च तुसीं कुछ अमेंडमेंट कर सकते कुछ सोध कर सकते लेकिन कोई इशारा ही नहीं आया देखो अज की अंग्रेजी ट्रिब्यून दे विच खबर वा जी जे असी ये मान लीए कि जो कुछ नरेंद्र मोदी के आले दुआले जां उन्हां दी सरकार दे आले दुआले जां उन्हां दी सरकार दे जिहड़े सेध देण वाले ने जी राष्ट्रीय स्वयं सेवक संघ एक बड़ी वड्डी संस्था आ जिहड़ी जे जिस दी भाजपा एक शाखा है पोलिटिकल सियासी शाखा है जी उहदे हवाले उहदी खबर की गल करदे आ कि RSS भी किसानी बिल की पेशकारी नूं लैके इहनूं लागू करन दे लैके अजे तक दुविधा विच उह अपने तौर पर एक रिपोर्ट जिहड़ी आ तैयार कर रही है कि साडी आउण वाला भविख की आ और जिहड़े तुहानूं याद आ दो दिन पहलां एक कंग साहब जिहड़े सन कोई मालविंदर सिंह कंग जिहड़े उह भी खुद RSS दे उस कैडर नूं मिल के आए ने वो एक मीटिंग सीगी चंडीगढ़ तस्दीक करते ने और यह भी कहते ने कि साडे कोलों राय लई गई सी लेकिन जो यह पूछा जाता कि राय की दे के आए जे वह कहते जी कि यह साडा अंदरूनी मसला है इहदा मतलब कि जे RSS जिहड़ी आ भाजपा नूं चलाउण वाली जमात जिहड़ी आ वो भी अजे तक किसी शशोपंच है तो फिर फैसला होर पैर फूक के लैण विचारना चाहिए ठीक आख्या दूसरा यह है कि जो अज कैप्टन अमरिंदर सिंह ने कहा कि असी तीन बार चिट्ठिया लिखिया ने प्रधानमंत्री दफ्तर नूं इस बारे किसानी बिलों बारे लेकिन सानू कोई जवाब नहीं आया उत्थे आके जो तीन चिट्ठिया का एक राज दूसरे राज नूं लिख रहा जवाब नहीं आता तो फिर किसानों उत्थे सद लेना जां उन्हां नूं ना मिलना वो कोई बहुता फिर वड्डे पंच नहीं देखना चाहिए नहीं नहीं इहदे एक पक्ष तो बहुत अहम आ कि कैप्टन अमरिंदर सिंह नूं पत्र का जवाब ना मिलना जी एक पहलू तो हो सकता जी कि तुसीं इहदे विच हीरो बनण दा यतन करो जी अगले सोचते हैं कि तुहानूं क्रैडिट फड़ाता कल नूं असीं लड़ा इलैक्शन नहीं लड़नी
कि साड़ी जमात साड़ा पार्टी प्रधान पंजाब वालों लिखे ओदा तो यही जवाब दई है बिल्कुल लेकिन जे एथिकली वेख्या जाए तो एक स्टेट का जिहड़ा मुख्यमंत्री है चुनिया होया हाँ वो पूरी स्टेट का तर्जमान है बिल्कुल जेकर वो अपने केंद्र नू फैडरल गवर्नमेंट नू कुछ लिखता है जी तो उहदा जवाब देना बनता है जी दूजी गल ये जिहड़ी गल तुसीं पहलां कही है देखो इस गल का बन नू उदों ही बजण लग पिया सी ਤੁਸੀਂ ਆਰ ਐਸ ਐਸ ਵਾਲੀ ਗੱਲ ਤਾਂ ਕੀਤੀ ਹੈ ਲੇਕਿਨ ਮੈਂ ਉਹ ਤੋਂ ਪਿੱਛੇ ਚਲੇ ਜਾਵਾਂ ਜੀ ਜਿਸ ਦਿਨ ਇੱਕ ਖਬਰ ਅਚਨਚੇਤ ਫਲੈਸ਼ ਹੋਣ ਲੱਗਦੀ ਆ ਕਿ ਇਹਨਾਂ ਦੇ ਪ੍ਰਦੇਸ਼ ਪ੍ਰਧਾਨ ਤੇ ਹਮਲਾ ਹੋ ਗਿਆ ਜੀ ਉਸ ਚੀਜ਼ ਨੂੰ ਅਮਨ ਕਾਨੂੰਨ ਦੀ ਸਥਿਤੀ ਨਾਲ ਜੋੜਿਆ ਜਾ ਸਕਦਾ ਬਿਲਕੁਲ ਸਹੀ ਗੱਲ ਦੂਜੇ ਬੰਨੇ ਰੇਲਵੇ ਟਰੈਕਾਂ ਤੇ ਬੈਠੇ ਜਿਹੜੇ ਕਿਸਾਨ ਜੀ 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 ਔਰ ਅੱਗੇ ਜਾ ਕੇ ਫਸਲ ਦੀ ਬਿਜਾਈ ਹੋਣ ਵਾਲੀ ਆ ਕੋਲੇ ਦੀ ਨੌਬਤ ਮੁੱਕਣ ਦੀ ਆ ਇਹ ਸਾਰੇ ਸਵਾਲ ਆਪਣੀ ਜਗ੍ਹਾ ਸੀ ਜਿਹੜੇ ਆਧਾਰ ਬਣਦੇ ਸੀ ਕਿ ਜੇ ਸਟੇਟ ਗਵਰਨਮੈਂਟ ਫੇਲ ਹੋ ਜੇ ਪ੍ਰਬੰਧ ਕਰਨ 'ਚ ਅਮਨ ਕਾਨੂੰਨ ਬਹਾਲ ਰੱਖਣ 'ਚ ਤੇ ਉਹਨੂੰ ਮਨਸੂਖ ਕੀਤਾ ਜਾ ਸਕਦਾ ਉਹਨੂੰ ਇਹ ਕੇਂਦਰ ਕੋਲ ਪ੍ਰਾਵਧਾਨ ਰਹੇ ਆ ਵੱਖਰੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਕਿਉਂਕਿ ਮੀਡੀਆ ਜਿਹੜਾ ਬੜਾ ਐਕਟਿਵ ਹੋ ਗਿਆ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਸੋ ਫੈਡਰਲ ਗਵਰਨਮੈਂਟ ਫੂਕ ਫੂਕ ਕੇ ਕਦਮ ਰੱਖਦੀ ਹੈ ਕਿ ਤੁਰੰਤ ਐਸਾ ਕੋਈ ਕਦਮ ਨਾ ਲਿਆ ਜਾਵੇ ਕਿਸੇ ਲੋਕਲ ਗਵਰਨਮੈਂਟ ਨੂੰ ਭੰਗ ਨਾ ਕੀਤਾ ਜਾਵੇ ਹੁਣ ਪੁਰਾਣੀਆਂ ਗੱਲਾਂ ਨਾਲੋਂ ਹਾਲਾਂਕਿ ਕਾਂਗਰਸ ਬਹੁਤ ਜ਼ਿਆਦਾ ਵਾਰੀ ਇਸ ਤਰ੍ਹਾਂ ਸਟੇਟਸ ਨੂੰ ਭੰਗ ਕਰਦੀ ਰਹੀ ਹੈ ਜੀ ਜਿਹੜੀਆਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਸੀ ਤੋੜ ਦਿੰਦੀ ਰਹੀ ਬਿਲਕੁਲ ਲੇਕਿਨ ਹੁਣ ਰੌਲਾ ਸੀ ਕਿ ਜੇ ਤੁਸੀਂ ਜੰਮੂ ਕਸ਼ਮੀਰ ਤੋਂ ਬਾਅਦ ਪੰਜਾਬ ਨੂੰ ਘੱਟ ਗਿਣਤੀ ਸਟੇਟ ਨੂੰ ਜੇਕਰ ਇੱਥੇ ਵੀ ਸਰਕਾਰ ਤੋੜੋਗੇ ਤੇ ਇੰਟਰਨੈਸ਼ਨਲ ਲੈਵਲ ਤੇ ਲੋਕਾਂ 'ਚ ਰੋਹ ਵਧੂਗਾ ਪਰ ਸਰਦਾਰ ਸਾਹਿਬ ਆਖਰੀ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਹਾਂ ਜਦੋਂ ਆਰ ਐਸ ਐਸ ਇਹ ਕੋਸ਼ਿਸ਼ ਕਰ ਰਹੀ ਹੈ ਜੀ ਕਿ ਅਸੀਂ ਆਪਣੀ ਜ਼ਮੀਨ ਬਚਾਉਣੀ ਆ ਸਿਆਸੀ ਆਧਾਰ ਬਚਾਉਣਾ ਜੀ ਉਦੋਂ ਮੇਰਾ ਖਿਆਲ ਇੱਕ ਪਹਿਲੂ ਇਹ ਵੀ ਹੋਊਗਾ ਕਿ ਇਹ ਦੋ ਰਾਜ ਪੰਜਾਬ ਤੇ ਹਰਿਆਣਾ ਇਹ ਬਹੁਤ ਹੀ ਦੇਰ ਸਾਡੇ ਹੱਥ 'ਚ ਰਹਿਣੇ ਨਹੀਂ ਜੀ ਲੇਕਿਨ ਜਿਹੜੇ ਬਾਕੀ ਰਾਜ ਆ ਉਹਨਾਂ ਦੇ ਵਿੱਚ ਇਹਨਾਂ ਖੇਤੀ ਬਿੱਲਾਂ ਦਾ ਫਾਇਦਾ ਕੀ ਆਉਣ ਵਾਲਾ ਇਹ ਐਕਟ ਆਉਣ ਤੋਂ ਬਾਅਦ ਕੀ ਕਿਸਾਨੀ ਦੀ ਇਨਕਮ ਦੁੱਗਣੀ ਕੀਤੀ ਜਾ ਸਕਦੀ ਆ ਅਗਲਿਆਂ ਦਾ ਜ਼ਿਆਦਾ ਫੋਕਸ ਕਿਉਂਕਿ ਇਹ ਰਾਜਨੀਤਿਕ ਖੇਡ ਹੈ ਅਗਲਿਆਂ ਦਾ ਫੋਕਸ ਹੋਊਗਾ ਬਾਕੀ ਭਾਰਤ ਬਿਲਕੁਲ ਔਰ ਉਸ ਭਾਰਤ ਪਹਿਲਾਂ ਵੀ ਇਹੋ ਹੀ ਰਿਹਾ ਪਹਿਲਾਂ ਵੀ ਫੈਸਲੇ ਹੁੰਦੇ ਰਹੇ ਆ ਖਾਸ ਕਰਕੇ ਘੱਟ ਗਿਣਤੀ ਸੂਬਿਆਂ ਬਾਰੇ ਪਹਿਲਾਂ ਵੀ ਇਹੋ ਹੀ ਹੁੰਦਾ ਸੀ ਕਿ ਬਹੁ ਗਿਣਤੀ ਖੁਸ਼ ਹੋ ਸਕਦੀ ਜਾਂ ਨਹੀਂ ਹੋ ਸਕਦੀ ਹਾਂ ਘੱਟ ਗਿਣਤੀ ਨੂੰ ਨਪੀੜ ਲਓ ਲਤਾੜ ਲਓ ਬਿਲਕੁਲ ਲੇਕਿਨ ਤੁਹਾਨੂੰ ਵੋਟ ਮਿਲਦੀ ਰਹਿਣੀ ਚਾਹੀਦੀ ਹੁਣ ਵੀ ਆਰ ਐਸ ਐਸ ਦਾ ਏਜੰਡਾ ਵੀ ਇਹੀ ਹੋ ਸਕਦਾ ਹੈ ਕਿ ਬਾਕੀ ਭਾਰਤ ਵਿੱਚ ਜੇ ਇਹਨਾਂ ਕਾਨੂੰਨਾਂ ਨਾਲ ਇਨਕਮ ਵਧਾਈ ਜਾ ਸਕਦੀ ਹੈ ਤੇ 24 ਸੌਖਾ ਹੋ ਸਕਦਾ ਲੇਕਿਨ ਵੱਡਾ ਸਵਾਲ ਇਹ ਆ ਕਿ ਕੀ ਇਹ ਦੋ ਰਾਜ ਜਿਹੜੇ ਸੈਂਸਿਟਿਵ ਰਾਜ ਆ ਨਾਲ ਜੰਮੂ ਕਸ਼ਮੀਰ ਲੱਗਦਾ ਇਹਦੇ ਵਿੱਚ ਇਸ ਤਰ੍ਹਾਂ ਦੇ ਅੰਦੋਲਨ ਜ਼ਿਲ੍ਹਾ ਸਰਹੱਦੀ ਸੂਬਾ ਹੈ ਕੀ ਇਹੋ ਜੇ ਸਟੇਟਸ ਲਈ ਕੁਝ ਵੱਖਰਾ ਰਾਹ ਵੀ ਇਖਤਿਆਰ ਹੋਣਾ ਚਾਹੀਦਾ ਕੁਝ ਰਾਹਤਾਂ ਵੀ ਹੋਣੀਆਂ ਚਾਹੀਦੀਆਂ ਬਿਲਕੁਲ ਇਸ ਕਰਕੇ ਮੈਨੂੰ ਇੰਝ ਲੱਗਦਾ ਕਿ ਆਰ ਐਸ ਐਸ ਨੂੰ ਆਪਣੀ ਜਿਹੜੀ ਸਿਆਸੀ ਜਮਾਤ ਬੀਜੇਪੀ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਨੂੰ ਇਹਨਾਂ ਨੂੰ ਵੱਖਰੇ ਪੈਮਾਨੇ ਨਾਲ ਮਾਪਣਾ ਚਾਹੀਦਾ ਅੱਜ ਜੇ ਕੈਪਟਨ ਅਮਰਿੰਦਰ ਸਿੰਘ ਇਹਦੇ 'ਚ ਹੀਰੋ ਬਣਨ ਦਾ ਯਤਨ ਕਰ ਰਿਹਾ ਉਹਨਾਂ ਨੇ ਕਿਹਾ ਕਿ ਤੁਸੀਂ ਤੋੜ ਦਿਓ ਮੇਰੀ ਸਰਕਾਰ ਠੀਕ ਹੈ ਲਾ ਦਿਓ ਮੈਨੂੰ ਮੈਂ ਅਸੀਂ ਆਪਣੇ ਲੋਕਾਂ ਕੋਲ ਜਾਵਾਂਗੇ ਲੋਕਾਂ ਕੋਲ ਜਾਓਗੇ ਕਦੋਂ ਸਵਾਲ ਤੇ ਇਹ ਹੈ ਕਿ ਲਗਭਗ 4 ਸਾਲ ਬੀਤਣ ਵਾਲੇ ਆ ਗਵਰਨਮੈਂਟ ਦੇ ਬਿਲਕੁਲ ਲੋਕਾਂ ਦਾ ਕੁਝ ਜ਼ਿਆਦਾ ਨਹੀਂ ਹੋਇਆ ਸੈਂਟਰ ਗਵਰਨਮੈਂਟ ਨੇ ਪੰਜਾਬ ਦਾ ਕੋਈ ਨਹੀਂ ਸਵਾਰਿਆ ਸਗੋਂ ਰਾਦਰ ਬੋਝ ਪਾਤਾ 30-31,000 ਕਰੋੜ ਦਾ ਸਿੱਧਾ ਜਿਹਨੂੰ ਕਹਿੰਦੇ ਧੱਕਾ ਕਰਤਾ ਪੰਜਾਬ ਨਾਲ ਸੋ ਮੈਂ ਇਹ ਮਹਿਸੂਸ ਕਰਦਾ ਕਿ ਅੱਜ ਜੇਕਰ 6 ਵਜੇ ਰਾਤ ਨੂੰ ਪ੍ਰਧਾਨ ਮੰਤਰੀ ਦੇ ਮੂੰਹੋਂ ਇਹ ਸੁਣਨ ਨੂੰ ਮਿਲੇ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਹਾਲਾਤ ਅੱਛੇ ਨਹੀਂ ਕਿਸਾਨੀ ਅੰਦੋਲਨ ਨੇ ਸੈਂਸਿਟਿਵ ਏਰੀਏ ਨੂੰ ਹੋਰ ਸੈਂਸਿਟਿਵ ਕਰਤਾ ਵਿਦੇਸ਼ੀ ਤਾਕਤਾਂ ਜਿਹੜੀਆਂ ਉਹ ਜ਼ੋਰ ਫੜ ਰਹੀਆਂ ਇਹ ਸਾਰੇ ਬਹਾਨੇ ਲਾ ਕੇ ਪੰਜਾਬ ਦੇ ਵਿੱਚ ਚੁਣੀ ਹੋਈ ਸਰਕਾਰ ਜੇ ਤੋੜ ਦਿੱਤੀ ਜਾਵੇ ਇਹ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਲੇਕਿਨ ਨਾਲ ਦੀ ਨਾਲ ਇਹ ਵੀ ਵੱਡੀ ਗੱਲ ਆ ਕਿ ਆਖਰ ਕਿਸਾਨੀ ਮਸਲੇ ਫਿਰ ਦਬਲੇ ਜਾਣਗੇ ਕੀ ਕਿਸਾਨੀ ਕਾਨੂੰਨ ਬਣੇ ਆ ਜਿਹੜੇ 3 ਆਰਡੀਨੈਂਸ ਤੋਂ ਬਾਅਦ ਐਕਟ ਬਣ ਗਏ ਉਹਨਾਂ ਦੇ ਵਿੱਚ ਕੋਈ ਅਮੈਂਡਮੈਂਟ ਦੀ ਸੰਭਾਵਨਾ ਹੋ ਸਕਦੀ ਕੀ ਕਿਸਾਨੀ ਅੰਦੋਲਨ ਪੂਰੀ ਤਰ੍ਹਾਂ ਜਿਹੜੇ ਆ ਰੌਂਦ ਦਿੱਤੇ ਜਾਣਗੇ ਕੀ ਪੈਰਾਮਿਲਟਰੀ ਫੋਰਸਿਸ ਤੇ ਪੰਜਾਬ ਪੁਲਿਸ ਨੂੰ ਸਿੱਧੇ ਰੂਪ ਦੇ ਵਿੱਚ ਕਿਸਾਨਾਂ ਨੂੰ ਪਟੜੀਆਂ ਤੋਂ ਉਠਾਉਣ ਲਈ ਧਰਨਿਆਂ ਤੋਂ ਉਠਾਉਣ ਲਈ ਮਜਬੂਰ ਕੀਤਾ ਜਾਊਗਾ ਐਸੇ ਵਿੱਚ ਜਿਹੜੇ ਟਕਰਾਅ ਹੋਣਗੇ ਉਹਦੀ ਜ਼ਿੰਮੇਵਾਰੀ ਕਿਹਦੇ ਸਿਰ ਹੋਊਗੀ ਬਿਲਕੁਲ ਕੀ ਕਿਸਾਨ ਸੌਖਿਆਂ ਬਾਵਾਂ ਖੜੀਆਂ ਕਰ ਦੇਣਗੇ ਕੀ ਕਿਸਾਨ ਸੌਖਿਆਂ ਅੰਦੋਲਨ ਛੱਡ ਦੇਣਗੇ ਘਰਾਂ ਨੂੰ ਪਰਤ ਜਾਣਗੇ ਕੀ ਕੇਂਦਰ ਗਵਰਨਮੈਂਟ ਪੰਜਾਬ ਸਰਕਾਰ ਨਾਲ ਸਿੱਧੇ ਸੰਵਾਦ ਚ ਆ ਕੇ ਵੀ ਇਹ ਕੰਮ ਨਹੀਂ ਕਰ ਸਕਦੀ ਕਿ ਅਸੀਂ ਕਿਸਾਨੀ ਨਾਲ ਗੱਲਬਾਤ ਚਲਾਈਏ ਸਵਾਲ ਇਹ ਆ ਕਿ ਕੀ 6 ਵਜੇ ਸ਼ਾਮ ਪੰਜਾਬ ਇੱਕ ਵਾਰੀ ਦਹਿਲਣ ਵਾਲਾ ਹੈ ਕਿ ਇੱਕ ਵਾਰੀ ਫਿਰ ਪੰਜਾਬ ਉਹੀ ਪੁਰਾਣੇ ਦੌਰ ਨੂੰ ਦੇਖਣ ਵਾਲਾ ਹੈ ਜਦੋਂ ਅਕਸਰ ਹੀ ਰਾਸ਼ਟਰਪਤੀ ਰਾਜ ਵਧਾਤਾ ਜਾਂਦਾ ਸੀ ਜਾਂ ਗਵਰਨਰ ਹੀ ਰਾਜ ਨੂੰ ਅੱਗੇ ਤੋਰ ਲਿਆ ਜਾਂਦਾ ਸੀ ਦੇਖੋ
दो चीज़ा तो बड़िया सोचने वाली ने जे तो अज केंद्र सरकार अचनचेत ही किसानी बिलों तो बाद जो रोस धरने शुरू होए ने उन्होंने लैके सोचने मजबूर हो गई कि अमन शांति भंग हो जाएगा रेलवे लाइन ब्लॉक होने के नाल साड़ी आर्मी नू राशन नहीं जाएगा सप्लाई नहीं जाएगी पंजाब दे विच कोला नहीं आएगा थर्मल प्लांटा लई ते फिर ये सब कुछ वो बिल पार्लीमेंट विच लियाउण तो पहला विचारना बनता सी बनता सी कि अगर असी ये कुछ कर रहे हैं तो घट्टो घट भाजपा नू ये तो है ही नहीं कि भाजपा ने कभी पंजाब च राज ही नहीं किया नहीं लगातार किया लगातार 15 साल बिल्कुल लगातार भाजपा ने पंजाब दे विच सत्ता का आनंद माणिया पूरा घट्टो और उहदे जिहड़े पंजाब दे विच लोग बैठे ने माफ करना उन्हां दी मानसिकता उन्हां दी सोच जिहड़ी आ उन्हां दे जिहड़ा अंदर आ उह पंजाब दा पाणी आ पंजाब दी मिट्टी च पल रहे ने उहनां नूं तां इस गल दा पता सी लेकिन जे तुसीं इह सोच लिया कि जिस तरह असीं रातों रात सारा जम्मू कश्मीर सील कर दिता बंद कर दिता और जाके डेढ़ साल बाद जम्मू वालियां नूं कहता भी तुहाडा हुण इंटरनेट चालू हो गया हुण तुसीं हौली हौली विचरने शुरू हो जाओ जी लेकिन जिहड़ी बीमारी कारण तुसीं सब कुछ कीता वह बीमारी तो बरकरार रही बिल्कुल आखिरकार जिहड़े सियासी लीडर तुसीं एक डेढ़ डेढ़ साल अंदर रखे बंद रखे वह लीडर फिर कहिंदे ने कि असीं इकट्ठे हो के फिर लड़ाई लड़ रहे हैं जी सो ये तो है नहीं ਜਾਂ ਤੁਸੀਂ ਇਹ ਕਹੋ ਕਿ ਅਸੀਂ ਲੋਕਤੰਤਰ ਜਿਹੜਾ ਆ ਉਹਦੇ 'ਚ ਵਿਸ਼ਵਾਸ ਹੀ ਨਹੀਂ ਕਰਦੇ ਨਹੀਂ ਇਹ ਤਾਂ ਦੇਖੋ ਇਹ ਸਰਦਾਰ ਸਾਹਿਬ ਹੋ ਸਕਦਾ ਕਿ ਸਾਡੀ ਕਿਆਸ ਰਾਈ ਗਲਤ ਹੋਵੇ ਜੀ ਅਸੀਂ ਦਾਅਵਾ ਨਹੀਂ ਕਰਦੇ ਕਿ 6 ਵਜੇ ਪ੍ਰਧਾਨ ਮੰਤਰੀ ਸਿਰਫ ਪੰਜਾਬ ਨੂੰ ਲੈ ਕੇ ਅਹਿਮ ਐਲਾਨ ਕਰਨਗੇ ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਪੰਜਾਬ ਦੇ ਵਿੱਚ ਗਵਰਨਰੀ ਰਾਜ ਹੋਣ ਦੀ ਸੰਭਾਵਨਾ ਹੈ ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਪ੍ਰਧਾਨ ਮੰਤਰੀ ਪੰਜਾਬ ਨੂੰ ਪੰਜਾਬ ਦਾ ਜ਼ਿਕਰ ਵੀ ਛੇੜਨਗੇ कि हो सकता कि देश के कुछ होर मसले होण जिन्हां दे उत्ते उह गल कर हो सकता कि करोना के फैला ते भी गल होनी होवे एक रिपोर्ट आ रही थी कि अखे होर कुछ समय तक इहदी जिहड़ी अद्धी आबादी बारे भी तो आ रहा ना कि फरवरी तक जिहड़ा आ जिहड़े हालात ने उह बदतर हो सकते हैं बदतर हो सकते उहदे बारे भी आ रहा है लेकिन सवाल यह कि जदों करोना का दौर चल रहा सी लॉकडाउन का दौर चल रहा सी उस दिन ते प्रधानमंत्री तकरीबन हर रोज लाइव होंदे सन उहदी कोई खास अनाउंसमेंट नहीं सी हर रोज मन दी गल करदे सन लेकिन जो कुछ पंजाब ने उस समय दौरान हटाया है उहदे विच वी ते केंद्र दी कोई वड्डी भाईवाली नहीं है ना हैगी देखो साडे तौखले साडे जिहड़े संसे आ उह बड़े रेलेवेंट ने इस करके क्योंकि पंजाब मुश्किल दौर चों लंघदा रहा क्योंकि पंजाब विधानसभा दे विच केंद्र नाल टकरा की स्थिति चल रही सी केंद्र दे एक्ट पंजाब वालों रद्द किए जा रहे एक तरह नाल नवे बिल लियांदे जा रहे हैं पंजाब दे विच वो बिल जो प्रावधान करते सी केंद्र वाले उन्होंने खिलाफ इस तरह की धारा भी लियांदी जा रही है कि जेकर कोई MSP तो घट रेट ते खरीद करेगा उन्होंने 3 साल की सज़ा होगी सो इहो जे मौके केंद्र का बखलाउणा जायज़ इहो जे मौके इस नाजुक समय ते प्रधानमंत्री का 6 बजे लाइव होकर राष्ट्र नूं संबोधित होण दा ऐलान करना साढ़े अंदर एक भय पैदा कर रहा तौखला तुहाडे तौखले बिल्कुल सही ने जी क्योंकि सूबे जड़े ने वह वधत घरां दी मंग हमेशा करते रहे ने जी करते ने सूबे कहिंदे ने कि सानू अपने ढंग नाल जीत लैण दिओ जी लेकिन भाजपा की एक तयशुदा नीति है कि वह खुद मुख्तियारी के हक में कदे भी नहीं है सब तो पहला कांग्रेस इस राह ते चलती सी बिल्कुल भाजपा नालों भी ज़्यादा तीबर वेग दे विच कांग्रेस ने खेतरी सरकारां डेगियां फैडरल ढांचे नूं मजबूत करन लई ये जिन्ना भी यतन होया उहदे विच सत्ता दा केंद्रीकरण हुंदा गया कांग्रेस ने बड़ी जल्दी उस चीज़ दा खुद अज कांग्रेस दे उही हालात ने जिदा कदी किसी सूबे दी सरकार डिगदे सन कदी किसी दे रहे अज उही हालात जिहड़े कांग्रेस दे बने होए ने कदी कितें बगावत हो जाती कदी कितें बगावत होती अपने ही सरकारां टेकण वाले पासे तुर पैंदे ने कांग्रेस बहुत ज्यादतियां करती रही ते अज ओह खमियाजा भुगत रही हाँ जे BJP उस राह ते चलूगी ते रस्ता कोई ये वखरा नहीं होण वाला ये रस्ता भी उसे दिशा नूं जांदा जी जेकर तुसीं 2 वारी लगातार सत्ता हंडाउण तों बाद इहो जिहियां गलतियां करदे हो फिर तुहाडे लई राह भी उही ने सो असीं तां उम्मीद करांगे कि ओह सरदार साहिब दी गल खुणो कि 6 बजे रब खैर करे क्योंकि सानू साफ लगता भी जे कैप्टन साहब कहें कि मेरा अस्तीफा जेब च है तो वही सोचते होने कि 4 साल की जी बला
चार साल तो सूबे के लोग खुश नहीं हुए, तो हुण जे एक साल ना भी रहे तो भी कोई डर नहीं। चलो शुक्र होया अद तो टुट गई किसी होर के खाते बह गई। अकाली दल कहता होना चाह साडे नाल वगाड़ के देख लीए ना फिर, बिल्कुल असी आ बैठे जे। तो आम आदमी पार्टी वाले तो रात भी विधानसभा च सौ के गुजारा कर लिया, वो कहते सानू तो सौन में जगह चाहिए है अगे कड़ा। लेकिन हर लोड़ यो है कि भावें हालात जो मर्जी हो, सूबे दी सियासी पार्टियां नू एक होना पवेगा, सूबे दे लोकां नू एकजुट होकर यह लड़ाई अगां वधाउणी पवेगी। पर यह लड़ाई बहुत अमन वाली होवे, हाँ शांति वाली होवे, बिल्कुल इहदे विच इह देखणा होगा तकरार ना होवे, कोई तकरार ना होवे, अपने गल च आप सेरा पाउण दी दौड़ ना लाई जावे, कोई ऐसा अंसर इहदे च शामिल ना होवे, घसपैट ना करे जिहड़ा शांतमई अंदोलनां दे विच मुश्किल पैदा करे। केंद्र की गवर्नमेंट स्टेट की गवर्नमेंट नाल लड़ना एक औखी घाटी हुंदा, यह अंदोलन शांतमई कुछ ना कुछ लैके उठते हैं, लेकिन जदों ही किधरे कोई अमन कानून की समस्या का बहाना ला के सीधा टकराव हुंदा उदों तक आप इतिहास वेखते हैं किसी भी अंदोलन ने कुछ कढ़िया नहीं, रादर नुकसान ज़्यादा होए। सो चलो 6 बजे की उड़ीक करते हैं और उम्मीद करते हैं कि प्रधानमंत्री पंजाब का जिक्र छेड़े बिना साइड साइड तो लंघ जाए। हाँ जे चंगा होगा कि सानू किसानी मसलियां ते कुछ चंगा सुनने मिल जाए, किसान नू त्रवास देने लई कुछ शब्द आ जाए, तो असीं ये उम्मीद नाल इस प्रोग्राम नू विराम दे रहे हैं। बहुत मेहरबानी।